ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਕਿਰਤੀਆ ਧਿਆਨ ਨਾਲ ਸੁਣ, ਮਹਾਰਾਜ ਜੀ ਦੱਸੋ, ਕਹਿੰਦੇ ਤੇਰਾ ਪਿਤਾ ਸਾਡੇ ਵੱਡੇ ਗੁਰਦੇਵ ਦੇ ਦਰਬਾਰ ਵਿੱਚ ਪ੍ਰਸ਼ਾਦ ਦੀ ਸੇਵਾ ਕਰਦਾ ਸੀ, ਪਰ ਸੇਵਾ ਕਰਦਿਆਂ ਕਰਦਿਆਂ ਕਈ ਵਾਰੀ ਆਪਣੀ ਮਨਮਰਜ਼ੀ ਕਰ ਲੈਂਦਾ ਸੀ। ਸਾਲ ਤੇ ਬੜੇ ਲਾਏ ਸਨ ਉਹਨੇ, ਪਰ ਮਨ ਸਾਲਾਂ ਦੇ ਹਿਸਾਬ ਨਾਲ ਬਦਲਿਆ ਨਹੀਂ ਸੀ। ਤੇ ਇੱਕ ਦਿਨ ਕੋਈ ਰੰਗ ਰਤੜਾ ਆ ਗਿਆ ਰੱਬ ਦਾ ਪਿਆਰਾ ਨਾਮ ਜਪਣ ਵਾਲਾ, ਤੇ ਉਹਨੇ ਗੱਡਾ ਦੇ ਉੱਤੇ ਸਮਾਨ ਲੱਦਿਆ ਸੀ, ਪੁਰਾਣੇ ਵੇਲੇ ਗੱਡੇ ਹੁੰਦੇ ਸਨ, ਤੇ ਉਹ ਗੱਡਾ ਲੈ ਕੇ ਆਇਆ ਸੀ। ਦੇਗ ਪ੍ਰਸ਼ਾਦ ਵਰਤਦਿਆਂ ਵੇਖ ਕੇ ਸਮਾਪਤੀ ਹੋਈ, ਸੋਚਿਆ ਮੈਂ ਗੁਰੂ ਚਰਨਾਂ ਵਿੱਚ ਦਰਸ਼ਨ ਕਰਕੇ ਮੈਂ ਵੀ ਕਿਣਕਾ ਪ੍ਰਸ਼ਾਦ ਦਾ ਪ੍ਰਾਪਤ ਕਰਕੇ ਜੀਵਨ ਸਫਲਾ ਕਰ ਲਾਂ, ਬਖਸ਼ਿਸ਼ ਪ੍ਰਾਪਤ ਕਰ ਲਾਂ। ਕਹਿੰਦੇ ਅੰਦਰ ਆਇਆ, ਬਾਹਰ ਗੱਡਾ ਖਿਲਾਰ ਕੇ ਉਹਦੇ ਬਲਦ ਅਥਰੇ ਸਨ, ਤੇ ਉਹਦੇ ਮਨ ਵਿੱਚ ਆਇਆ ਵੀ ਜਲਦੀ ਜਲਦੀ ਮੈਂ ਗੱਡੇ ਕੋਲ ਜਾਵਾਂ, ਤੇ ਉਹਦੇ ਤੇਰੇ ਪਿਤਾ ਨੂੰ ਕਿਹਾ ਪਿਆ ਦੇ ਪ੍ਰਸ਼ਾਦ ਦੇ ਦੇ। ਅੱਗੇ ਹੋ ਕੇ ਪ੍ਰਸ਼ਾਦ ਮੰਗ ਲਿਆ, ਤੇ ਤੇਰਾ ਪਿਤਾ ਕਹਿੰਦਾ ਚੁੱਪ ਕਰਕੇ ਪਿੱਛੇ ਹੋ ਕੇ ਬਹਿ ਜਾ, ਮੈਂ ਰਿੱਛਾ ਵਾਂਗੂ ਉੱਤੇ ਉੱਤੇ ਚੜ੍ਹਦਾ। ਤੇ ਉਹ ਕਹਿਣ ਲੱਗਾ ਭਾਈ ਰਿੱਛ ਮੈਂ ਤੇ ਨਹੀਂ ਰਿੱਛ, ਤੇ ਤੂੰ ਅਜੇ ਮੈਨੂੰ ਪੈਂਦਾ। ਕਹਿੰਦੇ ਥੱਲਿਓ ਕਿਣਕਾ ਚੁੱਕ ਕੇ ਪ੍ਰਸ਼ਾਦ ਦਾ ਚੁੱਕ ਕੇ ਚਲਾ ਗਿਆ, ਤੇ ਉਹ ਐਸੇ ਬੋਲ, ਉਹਨਾਂ ਬੋਲਾਂ ਦਾ ਅਸਰ ਤੇਰੇ ਬਾਪ ਦੇ ਜੀਵਨ ਤੇ ਹੋ ਗਿਆ। ਤੇ ਕਹਿੰਦੇ ਫਿਰ ਉਹ ਹੁਣ ਬਣਿਆ, ਤੇ ਹੁਣ ਸੱਜਣਾ ਗੱਲ ਕੋਈ ਨੀ, ਤੂੰ ਨਿਰਾਸ਼ ਨਾ ਹੋ, ਫਿਰ ਵੀ ਸਾਡਾ ਸੀ, ਹੁਣ ਇਹਦਾ ਭਲਾ ਕਰਦਾ।